ਹੁਸ਼ਿਆਰਪੁਰ ਦਾ ਪੰਜਾਬ ਦੇ ਹੁਸ਼ਿਆਰਪੁਰ ਦਾ ਪਹਾੜੀ ਇਲਾਕਾ ਆ ਨਾ ਆ ਪਹਾੜ ਨੂੰ ਕੱਟ ਕੇ ਤੇ ਆ ਰਾਹ ਬਣਾਇਆ ਹੋਇਆ ਦੇਖੋ ਦੇਖੋ ਜੀ ਰਾਹ ਜਾਂਦੇ ਕਿੰਨੇ ਖੂਬਸੂਰਤ ਖੂਬਸੂਰਤ ਆ ਦੇਖੋ पिछली वीडियो देखा कि आप आए हुए थे एंजल फार्म बहुत वधिया सारा कुछ ठीक है जी हुण आप जा रहे हैं थाना डैम ते उत्थे जाके दी उत्थे दी लोकेशन ते उत्थे दा हाल तुहानू दसदे आ रौला बहुत पै रहा इत्थे मनप्रीत ने बहुत ज्यादा इंजॉय किया मनप्रीत दी बचपन का जो शौक से पूरा हो गया एक्टिविटिया का है ना एंड हो गया ना कम मनी किदा का लग्या बहुत थोड़ी जी गर्मी है बट फिर भी मौसम सही हो गया जी हाँ चलो हुण एक प्रॉब्लम आ गई है जी जिहड़ा असीं थाना डैम कह रहे सी उह हैगा इत्थों दूर पर उहदा रस्ता भी बहुत ज्यादा खराब है कहिंदे भी बारिशा बुरशा करके ना रस्ता बहुत ज्यादा खराब होया वे फायदा नहीं कोई इस टाइम जाके ते वैसे भी हुण आ दिनां दे विच लोग जांदे नहीं हैगे उत्थे ते हुण इदां करदे आं आपां इत्थे कई ढोलबाहा डैम ते आपां हुण ढोलबाहा डैम जा रहे हां ते उत्थे दी लोकेशन जाके चैक करदे आं भी किद्दां दी है ਨੰਨੂ ਸਾਡਾ ਲੱਗਾ ਹੋਇਆ ਸ਼ਰਾਰਤਾਂ ਕਰਨ ਕੰਟੀਨਿਊਸਲੀ ਤੇ ਬਸ ਇੱਥੇ ਆਪਣੇ ਅੰਜਲ ਫਾਰਮ ਦਾ ਕੰਪਿਊਟਰ ਚਲਾ ਰਿਹਾ ਵੈਰੀ ਗੁੱਡ ਉਹ ਦੇਖੋ ਕੰਪਿਊਟਰ ਚਲਾ ਰਹੀ ਆ ਉਹ ਦੇਖੋ ਤੇ ਇੱਥੇ ਦੀ ਖਾਸ ਗੱਲ ਇਹ ਸੀਗੀ ਮਤਲਬ ਮੇਨ ਗੱਲ ਇਹ ਸੀ ਵੀ ਸਾਰਾ ਕੁਛ ਵਧੀਆ ਸੀਗਾ ਬਸ ਖਾਣਾ ਜਿਹੜਾ ਉਹ ਖਾਣਾ ਵੀ ਟੇਸਟੀ ਆ ਸਾਰਾ ਕੁਛ ਵਧੀਆ ਪਰ ਥੋੜਾ ਲੇਟ ਆਉਂਦਾ ਹੈ ਨਾ ਮਨੀ ਓਵਰ ਰਸ਼ ਜ਼ਿਆਦਾ ਹੁੰਦਾ ਨਾ ਰਸ਼ ਬਹੁਤ ਜ਼ਿਆਦਾ ਹੁੰਦਾ ਤੇ ਅੱਜ ਹੈਗਾ ਵੀ ਸੰਡੇ ਆ ਸੰਡੇ ਕਰਕੇ ਅਸੀਂ ਆਏ ਸੰਡੇ ਸੀਗੇ ਤੇ ਸੰਡੇ ਕਰਕੇ ਥੋੜਾ ਜ਼ਿਆਦਾ ਮਤਲਬ ਰਸ਼ ਵਗੈਰਾ ਹੋ ਜਾਂਦਾ ਲੋਕਾਂ ਨੂੰ ਥੋੜਾ ਪਤਾ ਲੱਗਣ ਲੱਗ ਗਿਆ ਨਾ ਇਸ ਚੀਜ਼ ਬਾਰੇ ਹਾਂ ਪਹਿਲਾਂ ਲੋਕਾਂ ਨੂੰ ਨੌਲੇਜ ਨਹੀਂ ਸੀਗੀ ਇੰਨੀ ਤੇ ਹੁਣ ਇਹ ਸਾਰਾ ਜੰਗਲ ਹੀ ਜੰਗਲ ਆ ਤੇ ਬਹੁਤ ਜ਼ਿਆਦਾ ਵਧੀਆ ਲੱਗਦਾ ਬਹੁਤ ਜ਼ਿਆਦਾ ਮਨਪ੍ਰੀਤ ਕਿੱਦਾਂ ਦਾ ਲੱਗਿਆ ਬਹੁਤ ਜ਼ਿਆਦਾ ਘੈਂਟ ਮਨਪ੍ਰੀਤ ਨੇ ਤਾਂ ਫੁੱਲ ਇੰਜੋਏ ਕੀਤਾ ਤੇ ਸੋਨੂੰ ਮੈਂ ਵੀ ਤਾਂ ਫੁੱਲ ਘੈਂਟ ਇਹ ਤਾਂ ਫੁੱਲ ਇੰਜੋਏ ਕਰ ਰਿਹਾ ਤਾਂ ਮੁੰਡਾ ਇਟਸ ਸੋਨੂੰ 09 ਇਟਸ ਸੋਨੂੰ 09 ਗਾਇਸ ਦੇਖਿਆ ਸੀਗਾ ਪਿਛਲੇ ਵਲੌਗ ਦੇ ਵਿੱਚ ਐਕਟੀਵਿਟੀ ਕਰੀ ਸੀ ਤੁਸੀਂ ਕੀ ਕੀ ਕੀਤਾ ਸੀ ਨਨੂ ਸਾਹਮਣੇ ਖੂਬਸੂਰਤੀ ਚੈੱਕ ਕਰ ਸਕਦੇ ਹੋ ਜਿਵੇਂ ਕੋਈ ਬਾਹਰਲੇ ਮੁਲਕ ਦਾ ਹੈਨਾ ਰਸਤਾ ਹੁੰਦਾ ਇੱਦਾਂ ਦਾ ਰਾਹ ਬਣਿਆ ਹੋਇਆ ਇੱਦਾਂ ਦਾ ਆਲੇ ਦੁਆਲੇ ਗ੍ਰੀਨਰੀ ਹੈ ਤੇ ਸਾਹਮਣੇ ਬੱਦਲ ਛਾਏ ਹੋਏ ਨੇ ਤੇ ਟਾਵੀ ਟਾਵੀ ਕੋਈ ਗੱਡੀ ਆ ਰਹੀ ਹੈ ਹੈਨਾ ਤੇ ਬਹੁਤ ਸਾਰੀ ਬਹੁਤ ਸੋਹਣਾ ਖੂਬਸੂਰਤ ਸਵਿਟਜ਼ਰਲੈਂਡ ਵਰਗਾ ਮੈਨੂੰ ਤਾਂ ਨਜ਼ਾਰਾ ਆ ਰਿਹਾ ਮੈਂ ਸਵਿਟਜ਼ਰਲੈਂਡ ਦੀਆਂ ਵੀਡੀਓ ਦੇਖੀਆਂ ਉਹਦੇ ਵਿੱਚ ਇੱਦਾਂ ਦੀ ਗ੍ਰੀਨਰੀ ਨਜ਼ਰ ਆਉਂਦੀ ਹੈ ਇਹਨੂੰ ਵੀ ਇੱਥੇ ਜ਼ਰੂਰ ਵਿਜ਼ਿਟ ਕਰਨਾ ਚਾਹੀਦਾ ਇੱਕ ਵਾਰੀ ਆਉਣਾ ਚਾਹੀਦਾ ਇੱਥੇ ਜ਼ਰੂਰ ਆ ਕੇ ਦੇਖਣਾ ਚਾਹੀਦਾ ਹੈਨਾ ਬਹੁਤ ਸੋਹਣੀ ਲੋਕੇਸ਼ਨ ਹੈ ਜੀ ਠੀਕ ਸਾਹਮਣੇ ਤੁਸੀਂ ਦੇਖ ਸਕਦੇ ਹੋ ਪਹਾੜ ਨਜ਼ਰ ਆ ਰਹੇ ਨੇ ਛੋਟੇ ਛੋਟੇ ਆਹ ਦੇਖੋ ਤੇ ਉੱਤੇ ਮੰਦਰ ਵੀ ਬਣੇ ਹੋਏ ਪਹਾੜਾਂ ਤੇ ਬਹੁਤ ਸੋਹਣੀ ਲੋਕੇਸ਼ਨ ਹੈ ਜੀ ਕੀ ਬਾਤ ਹੈ ਆਹੀ ਹੈ ਮੈਨੂੰ ਲੱਗਾ ਇਹ ਰਾਮਲੀਲਾ ਮੈਦਾਨ ਹੈ ਇਹ ਤਾਂ ਰਾਮਲੀਲਾ ਮੈਦਾਨ ਹੈ ਤੇ ਸਾਹਮਣੇ ਬੱਦਲ ਚੈੱਕ ਕਰੋ ਇਹਦਾ ਤੁਸੀਂ ਜਿੱਦਾਂ ਹੈ ਨਾ ਰੂਹ ਪਈ ਹੁੰਦੀ ਹੈ ਤੇ ਇੱਥੇ ਆਹ ਦੇਖੋ ਜੀ ਰੇਤ ਜੰਮੀ ਹੋਈ ਹੈ ਜਾਣ ਦੇ ਤੇ ਗੱਡੀ ਪਤਾ ਨਹੀਂ ਹੁਣ ਨਿਕਲਦੀ ਕਿ ਨਹੀਂ ਨਿਕਲਦੀ ਹਾਂ ਨਿਕਲ ਗਈ ਵੈਰੀ ਗੁੱਡ ਸ਼ਾਬਾਸ਼ ਤੇ ਹੁਣ ਮੈਂ ਕਿੱਦਾਂ ਜਾਵਾਂ ਪੈਰ ਲਪੇੜਨੇ ਪੈਣੇ ਆ ਮੈਨੂੰ ਚਲੋ ਜੀ ਹੌਲੀ ਹੌਲੀ ਚੱਲਦੇ ਹਾਂ ਆਪਾਂ ਵੀ ਤੇ ਆਹ ਦੇਖੋ ਪਾਣੀ ਆ ਰਿਹਾ ਇੱਧਰੋਂ ਕਿਆ ਬਾਤ ਹੈ ਓਹੋ ਆਪਾਂ ਜਾ ਤਾਂ ਰਹੇ ਹਾਂ ਜੰਗਲ ਦੇ ਰਾਹ ਤੋਂ ਪਰ ਕੁਛ ਪਤਾ ਨਹੀਂ ਲੱਗ ਰਿਹਾ ਵੀ ਕੀ ਹਿਸਾਬ ਕਿਤਾਬ ਹੈ ਕਿੱਥੇ ਕਰਕੇ ਇਹ ਡੈਮ ਬਣਿਆ ਹੋਇਆ ਬੰਦੇ ਨੇ ਸਾਨੂੰ ਕਿਹਾ ਸੀਗਾ ਵੀ ਦੋ ਚੜ੍ਹਾਈਆਂ ਚੜ੍ਹ ਕੇ ਹੈ ਪਰ ਪਤਾ ਨਹੀਂ ਹੁਣ ਕਿਹੜੀਆਂ ਚੜ੍ਹਾਈਆਂ ਇੱਥੇ ਉਹ ਡੈਮ ਹੀ ਲੱਗਦਾ ਯਾਰ ਮੈਨੂੰ ਤਾਂ ਉਹ ਉੱਪਰ ਹੈ ਨਾ ਸੰਘਣਾ ਇਲਾਕਾ ਇਹ ਆਹੋ ਉੱਥੇ ਮੰਦਰ ਹੈ ਜਾਣ ਜੀ ਲੋਕੇਸ਼ਨ ਤੇ ਆ ਗਏ ਆ ਤੇ ਪਤਾ ਨਹੀਂ ਹੁਣ ਕਿੱਧਰ ਨੂੰ ਜਾ ਕੇ ਆ ਕਿੱਧਰ ਨੂੰ ਨਹੀਂ
ਚੱਲ 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 ਓ ਜੀ ਆਪਾਂ ਚੜ੍ਹਾਈ ਚੜ੍ਹ ਚੱਲੇ ਆ ਤੇ ਪਹਾੜੀ ਇਲਾਕਾ ਥੋੜਾ ਜਿਹਾ ਹੁਸ਼ਿਆਰਪੁਰ ਦਾ ਪੰਜਾਬ ਦੇ ਹੁਸ਼ਿਆਰਪੁਰ ਦਾ ਪਹਾੜੀ ਇਲਾਕਾ ਤੇ ਜੰਗਲੀ ਹੈ ਫੁੱਲ ਜੰਗਲੀ ਹੈ ਫੁੱਲ ਰੱਜਿਆ ਪਿਆ ਇਹ ਜੰਗਲ ਦੇ ਨਾਲ ਹਰਿਆਲੀ ਦੇ ਨਾਲ ਇਹ ਇਲਾਕਾ ਰੱਜਿਆ ਪਿਆ ਛੋਟੇ ਛੋਟੇ ਲੈਂਡ ਸਲਾਈਡਿੰਗ ਹੋਈ ਹੋਈ ਹੈ मिट्टी दे पहाड़ ते विचकारा राह कढ़िया है मैनूं लगदा है सोनू आ देख आ ना आ पहाड़ नूं कट के ते आ राह बनाया होया देखो ये पहाड़ नूं कट के बनाया गया राह है जी साफ साफ पता लगदा आ देखो किन्ना खूबसूरत है किन्ना ज्यादा खूबसूरत ਤੇ ਆਹ ਦੇਖੋ ਜੀ ਰਾਹ ਜਾਂਦੇ ਕਿੰਨੇ ਖੂਬਸੂਰਤ ਖੂਬਸੂਰਤ ਆਹ ਦੇਖੋ ਜੰਗਲ ਓਹ ਆ ਜਾਓ ਇੱਥੇ ਚੜਿਆ ਕਿਉਂ ਨਹੀਂ ਜਾਣਾ ਲੈ ਜੰਗਲ ਮਿੰਟ ਦੋ ਲੱਗਣੇ ਆ ਜਾਓ ਜੰਗਲ ਆ ਆਹ ਦੇਖੋ ਕੀ ਬਾਤ ਹੈ ਆਹ ਸੋਹਣਾ ਇਲਾਕਾ ਯਾਰ ਬਹੁਤ ਹੀ ਸੋਹਣਾ ਬਹੁਤ ਹੀ ਖੂਬਸੂਰਤ ਆਹ ਦੇਖੋ ਕਿੰਨੀ ਜ਼ਿਆਦਾ ਖੂਬਸੂਰਤ ਜਗ੍ਹਾ ਤੇ ਬੰਨ ਬਣਿਆ ਹੋਇਆ ਤੇ ਪਾਣੀ ਦੇਖੋ ਤੁਸੀਂ ਬਹੁਤ ਹੀ ਸੋਹਣਾ ਤੇ ਇੱਧਰ ਹੀ ਨਾਲ ਹੀ ਜੀ ਪਹਾੜ ਨੇ ਹਿਮਾਚਲ ਪ੍ਰਦੇਸ਼ ਬਿਲਕੁਲ ਨਾਲ ਹੀ ਹੈ ਸਾਨੂੰ ਸਿਗਨਲ ਵੀ ਆ ਰਿਹਾ ਉਹਦੇ ਮੈਸੇਜ ਆ ਗਏ ਹਿਮਾਚਲ ਦੇ ਵੈਲਕਮ ਟੂ ਜੀਓ ਹਿਮਾਚਲ ਠੀਕ ਹੈ ਤੇ ਬਹੁਤ ਹੀ ਜ਼ਿਆਦਾ ਖੂਬਸੂਰਤ ਇੱਕ ਵਾਰੀ ਜ਼ਰੂਰ ਆਉਣਾ ਚਾਹੀਦਾ ਤੁਹਾਨੂੰ ਇੱਥੇ ਮੰਮੀ ਅਤੇ ਮਨਪ੍ਰੀਤ ਇਹ ਕਹਿੰਦੇ ਅਸੀਂ ਇੱਥੇ ਹੀ ਬਹਿਣਾ ਵੀ ਅੱਗੇ ਨਹੀਂ ਜਾਣਾ ਅਤੇ ਅੱਗੇ ਵੈਸੇ ਇੱਦਾਂ ਦੀ ਕੋਈ ਗੱਲ ਹੈ ਨਹੀਂ ਸਾਰਾ ਸੇਫ ਹੈ ਠੀਕ ਹੈ ਹਾਂ ਤੁਰਿਆ ਨਹੀਂ ਜਾਂਦਾ ਉਹ ਅਲੱਗ ਗੱਲ ਹੈ ਬਟ ਹੈ ਸੇਫ ਜੇ ਜਾਣਾ ਤਾਂ ਚੱਲ ਸਕਦੇ ਹਾਂ ਆਪਾਂ ਨਹੀਂ ਤੁਸੀਂ ਜਾਓ ਮੈਂ ਚਲੋ ਫਿਰ ਠੀਕ ਹੈ ਅਸੀਂ ਜਾਂਦੇ ਹਾਂ ਠੀਕ ਹੈ ਨਹੀਂ ਨਹੀਂ ਥੱਲੇ ਕੌਣ ਜਾ ਰਿਹਾ ਇੰਨੇ ਤਾਂ ਸਮਝਦਾਰ ਹੋ ਹੀ ਗਏ ਅਸੀਂ ਇਸ ਡੈਮ ਦੀ ਖਾਸ ਗੱਲ ਇਹ ਹੈ ਜੀ ਇਹ ਡੈਮ ਬਣਾਇਆ ਗਿਆ ਹੜ੍ਹਾਂ ਨੂੰ ਰੋਕਣ ਵਾਸਤੇ ਢੋਲ ਬਾਹਾ ਖੱਡ ਵੀ ਇਹਨੂੰ ਕਿਹਾ ਜਾਂਦਾ ਇਹ ਡੈਮ ਬਣਾਇਆ ਗਿਆ ਸੀਗਾ 1987 ਦੇ ਵਿੱਚ ਤੇ ਬੇਸਿਕਲੀ ਇਹਦਾ ਕੰਮ ਇਹੀ ਹੈ ਵੀ ਜਦੋਂ ਪਾਣੀ ਬਹੁਤ ਜ਼ਿਆਦਾ ਹੋ ਜਾਂਦਾ ਅਤੇ ਜ਼ਿਆਦਾਤਰ ਪਾਣੀ ਇਹ ਮਤਲਬ ਇਹਨੂੰ ਰੋਕ ਕੰਟਰੋਲ ਕਰ ਸਕਦਾ ਇਹ ਪਾਣੀ ਨੂੰ ਬਹੁਤ ਸਾਰੇ ਪਾਣੀ ਨੂੰ ਇਹ ਰੋਕ ਸਕਦਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਵੱਡਾ ਇਹ ਬੰਨ ਹੈ ਠੀਕ ਹੈ ਅਤੇ ਇੱਧਰ ਯਾਨੀ ਕਿ ਪਾਣੀ ਫਿਰ ਇੱਧਰ ਨਹੀਂ ਆਏਗਾ ਆਹ ਸਾਰਾ ਇਲਾਕਾ ਪਾਣੀ ਇੱਧਰ ਨਹੀਂ ਆਏਗਾ ਅਤੇ ਪਾਣੀ ਸਾਰਾ ਇੱਧਰ ਇੱਧਰ ਹੀ ਰਹਿ ਜਾਂਦਾ ਇਹ ਪਹਾੜਾਂ 'ਚੋਂ ਮੇਰੇ ਖਿਆਲ ਨਾਲ ਪਿੱਛੋਂ ਜਦੋਂ ਪਾਣੀ ਆਉਂਦਾ ਅਤੇ ਉਹ ਸਾਰਾ ਪਾਣੀ ਇਹ ਰੋਕ ਲੈਂਦਾ ਅਤੇ ਬਹੁਤ ਖੂਬਸੂਰਤ ਗੱਲਬਾਤ ਹੈ ਤੇ ਜਿਹੜਾ ਡੈਮ ਕੁਰਾਲੀ ਦੇ ਵਿੱਚ ਬਣਿਆ ਹੋਇਆ ਹਨਾ ਕੁਰਾਲੀ ਹੈ ਨਾ ਕੁਰਾਲੀ ਆਪਾਂ ਗਏ ਸੀਗੇ ਜਿਹੜਾ ਸਿਸਮਾ ਡੈਮ ਤੇ ਬਿਲਕੁਲ ਸਿਸਮਾ ਡੈਮ ਇਹੀ ਤਰਜ ਤੇ ਬਣਾਇਆ ਗਿਆ ਇੱਥੇ ਆਪਾਂ ਵੈਸੇ ਨੀਚੇ ਵੀ ਜਾ ਸਕਦੇ ਹਾਂ ਦੇਖ ਪੌੜੀਆਂ ਬਣੀਆਂ ਹੋਈਆਂ ਹਾਂ ਤੇ ਲੋਕ ਨੀਚੇ ਵੀ ਬੈਠੇ ਹੋਏ ਆ ਬਹੁਤ ਹੀ ਜ਼ਿਆਦਾ ਖੂਬਸੂਰਤ ਜਗ੍ਹਾ ਤੇ ਹੁਣ ਆਪਾਂ ਵਾਪਸੀ ਨੂੰ ਜਾ ਰਹੇ ਹਾਂ ਜੀ ਤੇ ਬਾਕੀ ਅੱਗੇ ਤਾਂ ਮੇਰੇ ਹਿਸਾਬ ਨਾਲ ਕੁਛ ਨਹੀਂ ਹੈਗਾ ਬੋਟਿੰਗ ਵਗੈਰਾ ਹੁੰਦੀ ਹੈ ਪਰ ਮੇਰੇ ਖਿਆਲ ਨਾਲ ਹੁਣ ਬੰਦ ਹੈ ਨਾ ਇੱਥੇ ਸ਼ਾਇਦ ਬੋਟਿੰਗ ਸ਼ਾਇਦ ਨਹੀਂ ਹੁੰਦੀ ਹੈਗੀ ਉਹ ਹੈਗਾ ਥਾਣਾ ਡੈਮ ਉੱਥੇ ਹੀ ਹੁੰਦੀ ਹੈ ਅਤੇ ਇੱਕ ਵਾਰੀ ਲਾਸਟ ਝਾਕਾ ਤੁਸੀਂ ਦੇਖ ਲਓ ਇੱਕ ਵਾਰੀ ਅਤੇ ਹੁਣ ਆਪਾਂ ਵਾਪਸੀ ਨੂੰ ਚਾਲੇ ਪਾਉਣੇ ਹੈ ਠੀਕ ਹੈ ਜੀ ਜੀ ਅੱਜ ਕਿੱਦਾਂ ਦਾ ਲੱਗਿਆ ਆ ਕੇ ਇੱਥੇ ਅੱਛਾ ਲੱਗਿਆ ਹਾਂ ਜਾਣਾ ਹੈ ਕੋਈ ਗੱਲ ਨਹੀਂ ਚੱਲਾਂਗੇ ਲੱਕੀ ਕੋਲ ਹਾਂਜੀ ਹਾਂਜੀ ਚਲੋ ਹੁਣ ਆਪਾਂ ਵਾਪਸ ਚੱਲਦੇ ਹਾਂ ਲਓ ਜੀ ਮੈਨੂੰ ਸੌਂ ਗਿਆ ਗੋਦੀ 'ਚ ਚੱਲੇ ਹਾਂ ਅਸੀਂ ਵਾਪਸ ਬਹੁਤ ਜ਼ਿਆਦਾ ਥੱਕ ਚੁੱਕੇ ਹਾਂ ਸਵੇਰ ਦੇ ਆਏ ਹੋਏ ਹਾਂ ਠੀਕ ਹੈ ਜੀ ਤੇ ਨੰਨੂ ਹੁਣ ਆਰਾਮ ਨਾਲ ਏਸੀ ਦੇ ਵਿੱਚ ਗੱਡੀ ਚਲਾ ਕੇ ਨਹੀਂ ਤੁਸੀਂ ਤੇ ਬਹਿ ਨਾ ਗੱਡੀ ਆਰਾਮ ਨਾਲ ਚਾਹੀ ਚਲਾਣੀ ਤੇ ਮੈਂ ਹੀ ਹੈ ਕੋਈ ਗੱਲ ਨਹੀਂ ਆਹੋ ਕੋਈ ਚੱਕਰ ਨਹੀਂ ਤੈਨੂੰ ਐਕਸਪੀਰੀਅੰਸ ਹੈ ਨਾ ਫਿਰ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਖੂਬਸੂਰਤ ਲੱਗ ਰਹੀ ਹੈ ਧੁੱਪ ਪੈ ਰਹੀ ਆ ਪਹਾੜ ਦੇ ਪਿਛਲੇ ਪਾਸਿਓਂ ਸਿੱਧਾ ਸੂਰਜ ਪੈ ਰਿਹਾ ਕਿੰਨਾ ਹੀ ਜ਼ਿਆਦਾ ਖੂਬਸੂਰਤ ਲੱਗ ਰਿਹਾ
ਜੀ ਤੇ ਅੱਜ ਦਾ ਦਿਨ ਬਹੁਤ ਖੂਬਸੂਰਤ ਸੀ ਜਿਵੇਂ ਕਿ ਤੁਸੀਂ ਪਿਛਲੀ ਵੀਡੀਓ ਚ ਵੀ ਦੇਖਿਆ ਤੇ ਇਸ ਵੀਡੀਓ ਚ ਦੇਖ ਰਹੇ ਹੋ ਵੀ ਅਸੀਂ ਆਏ ਸੀਗੇ ਇੱਥੇ ਢੋਲਬਾਹਾ ਡੈਮ ਤੇ ਉਸ ਤੋਂ ਪਹਿਲਾਂ ਐਂਜਲ ਫਾਰਮ ਤੇ ਬਹੁਤ ਸੋਹਣਾ ਦਿਨ ਸੀਗਾ ਬਹੁਤ ਜ਼ਿਆਦਾ ਇੰਜੋਏ ਕੀਤਾ ਤੁਸੀਂ ਵੀ ਆਪਣੇ ਬੱਚਿਆਂ ਨੂੰ ਲੈ ਕੇ ਜ਼ਰੂਰ ਆਓ ਠੀਕ ਹੈ ਜੀ ਤੇ ਬਾਕੀ ਚੀਜ਼ਾਂ ਆਪਾਂ ਕੰਪੈਰੀਜ਼ਨ ਕਰੀਏ ਤਾਂ ਬਹੁਤ ਜ਼ਿਆਦਾ ਸਸਤਾ ਠੀਕ ਹੈ ਜੀ ਸਾਰੀਆਂ ਚੀਜ਼ਾਂ ਆਲ ਪੈਕੇਜ ਮਤਲਬ ਬਹੁਤ ਵਧੀਆ ਬਾਕੀ ਲੋਕਾਂ ਨੂੰ ਕਈਆਂ ਨਹੀਂ ਪਸੰਦ ਆਉਂਦਾ ਹੁੰਦਾ ਹੈਨਾ ਤੇ ਕਿਉਂਕਿ ਉਹਨਾਂ ਤਰ੍ਹਾਂ ਤਰ੍ਹਾਂ ਦੀਆਂ ਥਾਵਾਂ ਦੇ ਫਿਰ ਹਾਈਫਾਈ ਪਸੰਦ ਆਉਂਦਾ ਹੈ ਇਹ ਵੀ ਹਾਈਫਾਈ ਵੀ ਹੈ ਇਹ ਪਰ ਇਹ ਕੁਦਰਤ ਦੇ ਬਹੁਤ ਨੇੜੇ ਹੈ ਕੁਦਰਤ ਦੇ ਬਹੁਤ ਜ਼ਿਆਦਾ ਨੇੜੇ ਹੈ ਠੀਕ ਹੈ ਤੇ ਜੇ ਤੁਸੀਂ ਕੁਦਰਤ ਨਾਲ ਪਿਆਰ ਕਰਦੇ ਹੋ ਤੁਸੀਂ ਨੇਚਰ ਲਵਰ ਹੋ ਠੀਕ ਹੈ ਤੁਹਾਨੂੰ ਫੁੱਲ ਬੂਟੇ ਦਰਖਤ ਇਹਨਾਂ ਦੇ ਇੱਦਾਂ ਦੀਆਂ ਚੀਜ਼ਾਂ ਜ਼ਿਆਦਾ ਪਸੰਦ ਹੈ ਉਸ ਤੋਂ ਬਾਅਦ ਤੁਹਾਨੂੰ ਇੰਨੀਆਂ ਸਾਰੀਆਂ ਐਕਟੀਵਿਟੀਜ਼ ਉਸ ਤੋਂ ਬਾਅਦ ਇੰਨਾ ਸਵਾਦ ਖਾਣਾ ਉਸ ਤੋਂ ਬਾਅਦ ਇੰਨੀ ਸੋਹਣੀ ਲੋਕੇਸ਼ਨ ਫਿਰ ਇੱਥੇ ਜਿਹੜੇ ਐਕਟੀਵਿਟੀਜ਼ ਹੈਗੀਆਂ ਖਿਡੌਣੇ ਕੀ ਕਹਿੰਦੇ ਹੁੰਦੇ ਆ ਝੂਟੇ ਝਾਟੇ ਝੂਟੇ ਮਾਟੇ ਹਨਾ ਹੋਰ ਬੜਾ ਕੁਛ ਹੈ ਹਨਾ ਰਾਈਡਸ ਵਗੈਰਾ ਤੇ ਪੁਰਾਣਾ ਕਲਚਰ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਖੂਬਸੂਰਤ ਤੇ ਇਹ ਬਹੁਤ ਤਗੜੀ ਲੋਕੇਸ਼ਨ ਹੋਏਗੀ ਠੀਕ ਹੈ ਪੰਜਾਬ ਦੀ ਹੁਸ਼ਿਆਰਪੁਰ ਦੇ ਵਿੱਚ ਠੀਕ ਹੈ ਜੀ ਤੇ ਇਸ ਵੀਡੀਓ ਨੂੰ ਆਪਾਂ ਇੱਥੇ ਖਤਮ ਕਰਦੇ ਹਾਂ ਜੀ ਤੇ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਹੋਰ ਖੂਬਸੂਰਤ ਵੀਡੀਓ ਦੇਖਣ ਲਈ ਤੇ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮਿਲਦੇ ਹਾਂ ਜੀ ਤੁਹਾਨੂੰ ਨੈਕਸਟ ਵੀਡੀਓ ਵਿੱਚ ਉਦੋਂ ਤੱਕ ਲਈ ਆਪਣਾ ਖਿਆਲ ਰੱਖੋ ਠੀਕ ਹੈ ਜੀ ਹਾਂਜੀ ਚਲੋ ਬੋਲੋ ਜੀ ਸਤਿ ਸ਼੍ਰੀ ਅਕਾਲ ਜੀ ਮੰਮੀ ਅਸਲਾਮ ਵਾਲੇਕੁਮ ਅਸਲਾਮ ਵਾਲੇਕੁਮ It's a Nujira 9. It's a Nujira 9. Promote kar raha tenu. Chal ji, sat sri akal ji. Sat sri akal ji sara. Sat sri akal ji saryan nu. Bye bye. Take care ji. Bye bye. Oh, nannu reh gaya. Bolo sat sri akal bol do jaldi. Sat sri akal ji saryan nu. Toda swagat. Swagat nahi hun bye bye karna hai. Bye bye. Bye bye. Haan ji bye bye. Bye kar do, tukkan band kar do. Bye.